आम आदमी पार्टी नूं पुछना चाहुंदा है कि सानू पंजाबियों नूं पता नहीं लग रहा कि पंजाब दा मुख्यमंत्री कौन है, केजरीवाल है या भगवंत मान है, क्योंकि जिथे जाइए मेरे को इंडस्ट्रियलिस्ट मिले, मेरे को व्यापारी मिले, मेरे को कई होर वर्ग के लोग मिले, जिहड़े भी मंत्री को जाते हैं मंत्री कहते जी कि तुसी केजरीवाल नूं मिल लो, वो जो कहूगा सानू कर लो। हुण तुसी देख लो इंडस्ट्री दी मीट पंजाब दी है, मिलनी कहने इंडस्ट्री मिलनी ते केजरीवाल दा की कम है? दूजे सूबे दा मुख्यमंत्री आके गरंटी दूगा? अपना मुख्यमंत्री नहीं कह सकता कि मैं तुहानूं आ दूंगा कि उहदे जमान खत्म हो गई? जे कोई समिट हुंदा केजरीवाल, जो कुछ हुंदा केजरीवाल, स्कूल ऑफ एमिनेंस बनाउणा कहिंदे आ ते लियाओ जी केजरीवाल नूं। सो इस करके मुख्यमंत्री कौन है, किनू असीं जुम्मेवार समझिए? ऐ जी निकम्मी नलायक सरकार अज तक नहीं पंजाब नहीं देश नहीं देखी। मैं देशवासियों नूं बेनती करना चाहुंदा है आ जिहड़ी आम आदमी पार्टी है, आ ठग्गां दी पार्टी है, हिंदुस्तान विच पंजाब दे खजाने तो 750 करोड़ रुपया कढ़ा के अपनी मशहूरी अपनी पार्टी नूं तगड़ा करन वास्ते इश्तिहार दे रहे हैं। हिंदुस्तान दे कोने कोने च इश्तिहार सारे जाली है, फ्रॉड है। जे तुसी इन्हां दी करतूतां देखणी है, मैं कहना चाहुंदा सारे पोलीटिकल पार्टियां नूं ते उन्हां दे वर्करां नूं ते लीडरां नूं, आ के पंजाब देखो कह जा माड़ा हाल आम आदमी पार्टी सरकार ने कर दिता। 2 सालां च ऐ जी तबाही लियांदी है पंजाब च आम आदमी पार्टी सरकार ने। सानू डर है कि अगले 5-3 होर सालां दे जिहड़े रह गए है पता नहीं पंजाब दा की होगा। इस करके जे अपने सूबियां नूं बचाउणा है आम आदमी पार्टी तों बच के रहो, इन्हां दे झूठ तों बच के रहो। ਬਾਦਲ ਸਾਹਿਬ, 2024 ਦੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ, ਗੱਠਜੋੜ ਦੀ ਗੱਲ ਹੋਈ ਆ ਆਮ ਆਦਮੀ ਪਾਰਟੀ ਕਾਂਗਰਸ ਦੀ, ਸਰ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਦੇਖਦੇ ਨੇ? ਸ਼੍ਰੋਮਣੀ ਅਕਾਲੀ ਦਲ ਤਾਂ ਸਦਾ ਰੈਡੀ ਹੈ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਅੱਜ ਬੋਲਦੇ ਵੀ ਕਿਹਾ, ਆਹ ਨੈਸ਼ਨਲ ਪਾਰਟੀਆਂ ਇੱਕ ਪਾਸੇ ਹੈ ਅਤੇ ਪੰਜਾਬ ਦੀ ਪਾਰਟੀ ਇੱਕ ਪਾਸੇ ਹੈ। ਪੰਜਾਬ ਦੀ ਜਨਤਾ ਹੁਣ ਫੈਸਲਾ ਕਰੂਗੀ ਕਿ ਪੰਜਾਬੀਆਂ ਦੀ ਅਸਲੀ ਆਵਾਜ਼ ਕੌਣ ਹੈ। ਅੱਜ ਤੱਕ ਕਿਸੇ ਨੈਸ਼ਨਲ ਪਾਰਟੀ ਨੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਆਵਾਜ਼ ਦੇ ਮੁਸ਼ਕਲਾਂ ਦੀ ਹੱਕ ਗੱਲ ਨਹੀਂ ਕੀਤੀ। ਜੇ ਅੱਜ ਤੱਕ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ। ਜਿਹੜਾ ਪਾਣੀ ਹੈ ਪੰਜਾਬ ਦਾ ਖੋਇਆ ਕਿਹਨੇ? ਨੈਸ਼ਨਲ ਪਾਰਟੀ ਕਾਂਗਰਸ ਨੇ। ਅੱਜ ਰਾਜਸਥਾਨ ਨੂੰ ਪਾਣੀ ਦਿੱਤਾ ਕਾਂਗਰਸ ਨੇ, ਦਰਬਾਰ ਸਾਹਿਬ 'ਤੇ ਹਮਲਾ ਕੀਤਾ ਕਾਂਗਰਸ ਨੇ। ਆਹ ਜਿਹੜੀ ਹੁਣ ਆਮ ਆਦਮੀ ਪਾਰਟੀ ਹੈ ਜੇ ਉਹ ਫੈਸਲੇ ਕਰ ਰਹੀ ਹੈ, ਨੌਕਰੀਆਂ ਦੇ ਰਹੀ ਹੈ ਬਾਹਰਲੇ ਸੂਬਿਆਂ ਨੂੰ ਦੇ ਰਹੀ ਹੈ, ਬਾਹਰਲੇ ਸੂਬਿਆਂ ਨੂੰ, ਹੁਣ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਸੀ, ਰਾਜਸਥਾਨ ਨੂੰ ਪਾਣੀ ਦੇ ਰਹੀ ਹੈ। ਕਿਉਂ? ਉਹਨਾਂ ਦਾ ਲਗਾ ਹੈ ਕਿ ਇੱਥੋਂ ਤਾਂ ਅੱਜ ਜਿੱਤ ਗਏ, ਦੂਜੀ ਜਗ੍ਹਾ ਜਾ ਕੇ ਜਿੱਤ ਗਏ। ਕਿੰਨੀਆਂ ਗੱਠਜੋੜ ਬਣ ਰਹੇ ਆ, ਇੱਕ ਭਾਜਪਾ ਗੱਠਜੋੜ, ਫਿਰ ਅਕਾਲੀ ਦਲ ਕਿੱਧਰ? ਅਕਾਲੀ ਦਲ ਤੁਹਾਨੂੰ ਜਲਦੀ ਦੱਸ ਦਾਂਗੇ ਕਿੱਧਰ ਹੈ। ਅਸੀਂ ਤਾਂ ਪੰਜਾਬ 'ਚ ਹੈ, ਜੋ ਮਰਜ਼ੀ ਗੱਠਜੋੜ ਬਣਾ ਕੇ ਆ ਜਾਓ, ਅਸੀਂ ਟਾਕਰਾ ਕਰਨ ਨੂੰ ਤਿਆਰ ਹੈ। ਥੈਂਕ ਯੂ, ਥੈਂਕ ਯੂ। ਲਗਾਤਾਰ ਮੌਤਾਂ ਹੋ ਰਹੀਆਂ ਮੋਗੇ ਜ਼ਿਲ੍ਹੇ 'ਚ ਵੀ, ਜੇ ਗੱਲ ਕੀਤੀ ਤਾਂ 15 ਦਿਨਾਂ 'ਚ 5 ਮੌਤਾਂ। ਨਸ਼ਾ ਪੰਜਾਬ ਵਿੱਚ ਅੱਜ ਰਿਕਾਰਡ ਤੋੜ ਦਿੱਤੇ ਜਿੰਨਾ ਮਿਲ ਰਿਹਾ। ਮੈਂ ਅੱਜ ਦਾਅਵੇ ਨਾਲ ਕਹਿ ਰਿਹਾ, ਨਸ਼ਾ ਵਿਕਾਉਣ ਵਾਸਤੇ ਅੱਜ ਘਰ ਘਰ ਪਹੁੰਚਾਉਣ ਵਾਸਤੇ ਸਭ ਤੋਂ ਵੱਡੇ ਗੁਨਾਹਗਾਰ ਆਮ ਆਦਮੀ ਪਾਰਟੀ ਦੇ MLA ਹੈ। ਆਹ MLA ਮਹੀਨਾ ਬੰਨੀ ਬੈਠੇ ਹੈ ਨਸ਼ਾ ਵੇਚਣ ਵਾਲੇ ਤੋਂ। ਪੁਲਿਸ ਨੂੰ ਹਦਾਇਤਾਂ ਦਿੱਤੀਆਂ ਕਿ ਇਹਨੂੰ ਹੱਥ ਨਹੀਂ ਲਾਉਣਾ, ਅਤੇ ਇਸ ਕਰਕੇ ਜਿਹੜੇ ਨਸ਼ਾ ਵੇਚਦੇ ਆ ਉਹਨੂੰ ਇੰਨੀ ਖੁੱਲ੍ਹ ਹੋ ਗਈ ਅਤੇ ਅੱਜ ਦੁਕਾਨਾਂ ਅਤੇ ਘਰਾਂ 'ਤੇ ਵੱਡਾ ਸਬੂਤ ਤੁਹਾਡੇ ਕੋਲ ਹੈ। ਜਿਹੜੇ 66 ਠੇਕੇ ਸ਼ਰਾਬ ਦੇ ਲੁਧਿਆਣਾ ਸ਼ਹਿਰ ਦੇ ਹੈ, ਉਹਨਾਂ 'ਤੇ ਰੇਡ ਮਾਰੀ ਸੈਂਟਰ ਦੀ ਡਰੱਗ ਇਨਫੋਰਸਮੈਂਟ ਏਜੰਸੀ ਨੇ। 66 ਸ਼ਰਾਬ ਦੇ ਸਰਕਾਰੀ ਠੇਕਿਆਂ ਦੇ ਉੱਤੇ ਚਿੱਟਾ ਵਿਕ ਰਿਹਾ ਸੀ ਐਂਡ ਉਹਨੂੰ ਕੁਛ ਨਹੀਂ ਰੋਕਿਆ ਜਾ ਰਿਹਾ ਸੀ, ਅਤੇ ਉਦੋਂ ਜੋ ਸੈਂਟਰ ਦੀ ਏਜੰਸੀ ਨੇ ਜਦੋਂ ਬੰਦ ਕੀਤਾ, ਮਹੀਨੇ ਬਾਅਦ ਫਿਰ ਤੋਂ ਖੋਲ੍ਹ ਦਿੱਤੇ।